ਬਿਲਕੁਲ ਜੀ, ਸਾਰੇ ਰੀਜਨ ਵਿੱਚ ਹੀ ਬੜੀਆਂ ਕੋਲਡ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ, ਸਪੈਸ਼ਲੀ ਕੋਲਡ ਡੇਜ਼ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਰਿਕਾਰਡ ਕਰ ਰਹੇ, ਜਦੋਂ ਕਿ ਮਿਨੀਮਮ ਟੈਂਪਰੇਚਰ ਪਿਛਲੇ ਦਿਨਾਂ ਵਿੱਚ ਨੋਰਮਲ ਤੋਂ ਉੱਪਰ ਹੀ ਆਲਮੋਸਟ ਨੋਰਮਲ ਚੱਲ ਰਿਹਾ ਸੀਗਾ, ਬਟ ਹੁਣ ਕਿਉਂਕਿ ਮਿਨੀਮਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਈ ਹੈਗੀ ਹੈ, ਸੋ ਉਹਦੇ ਕਰਕੇ ਜਿਹੜੀਆਂ ਕੋਲਡ ਕੰਡੀਸ਼ਨਸ ਹਲੇ ਬਣੇ ਰਹਿਣ ਦੀ ਪ੍ਰਡਿਕਸ਼ਨ ਹੈ। ਜੇ ਅਸੀਂ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ ਦੇਖੀਏ ਤਾਂ ਇਹ 10.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 18 ਡਿਗਰੀ ਸੈਂਟੀਗ੍ਰੇਡ ਸੀ, ਸੋ ਲਗਭਗ 7.2 ਡਿਗਰੀ ਸੈਂਟੀਗ੍ਰੇਡ ਇਹ ਨੋਰਮਲ ਤੋਂ ਨੀਚੇ ਸੀ, ਸੋ ਡੇ ਟਾਈਮ ਟੈਂਪਰੇਚਰ ਇੰਨਾ ਘੱਟ ਹੋਣ ਕਰਕੇ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਅਸੀਂ ਓਬਜ਼ਰਵ ਕਰ ਰਹੇ ਹਾਂ। ਔਰ ਇਹ 10.8 ਡਿਗਰੀ ਸੈਂਟੀਗ੍ਰੇਡ 1970 ਤੋਂ ਲੈ ਕੇ ਹੁਣ ਤੱਕ ਦਾ 14 ਜਨਵਰੀ ਦਾ ਜਿਹੜਾ ਸੈਕਿੰਡ ਲੋਐਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ, ਜਦੋਂ ਕਿ ਪਹਿਲਾਂ 2003 ਦੇ ਵਿੱਚ ਲੋਐਸਟ 10.2 ਡਿਗਰੀ ਸੈਂਟੀਗ੍ਰੇਡ ਸੀ, ਸੋ ਸੈਕਿੰਡ ਲੋਐਸਟ ਕੱਲ੍ਹ 10.8 ਡਿਗਰੀ ਸੈਂਟੀਗ੍ਰੇਡ ਓਬਜ਼ਰਵ ਕੀਤਾ ਗਿਆ। ਇਸੇ ਤਰ੍ਹਾਂ ਜੇ ਅਸੀਂ ਅੱਜ ਦਾ ਮਿਨੀਮਮ ਟੈਂਪਰੇਚਰ ਦੇਖੀਏ ਤਾਂ ਅੱਜ 2.8 ਡਿਗਰੀ ਸੈਂਟੀਗ੍ਰੇਡ ਜਿਹੜਾ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 6 ਡਿਗਰੀ ਸੈਂਟੀਗ੍ਰੇਡ ਹੈ, ਸੋ ਵੀ ਲਗਭਗ 3.2 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਨੀਚੇ ਹੈ, ਸੋ ਕਿਉਂਕਿ ਦੋਨੋਂ ਡੇ ਐਂਡ ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਕਾਫੀ ਨੀਚੇ ਚੱਲ ਰਹੇ ਨੇ, ਸੋ ਇਹਦੇ ਕਰਕੇ ਕਾਫੀ ਸਵੀਅਰ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ, ਔਰ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਵੀ ਡੈਂਸ ਟੂ ਵੈਰੀ ਡੈਂਸ ਫੋਗ ਔਰ ਕੋਲਡ ਵੇਵ ਕੰਡੀਸ਼ਨ ਇਸੇ ਤਰ੍ਹਾਂ ਰਹਿਣ ਦੀ ਪ੍ਰਿਡਿਕਸ਼ਨ ਹੈ। ਔਰ ਇਹਦੇ ਵਾਸਤੇ IMD ਵੱਲੋਂ ਅੱਜ ਰੈੱਡ ਅਲਰਟ ਔਰ ਅਗਲੇ 2 ਦਿਨ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੈਮ, ਜਿੱਦਾਂ ਕਿ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕਹਿੰਦੇ ਨੇ ਕਿ ਮਾਘੀ ਦੀ ਸੰਗਰਾਂਦ ਆਉਂਦੀ ਹੈ ਜਾਂ ਮਤਲਬ ਲੋਹੜੀ ਦਾ ਤਿਉਹਾਰ ਆਉਂਦਾ ਤਾਂ ਉਸ ਤੋਂ ਬਾਅਦ ਮੌਸਮ ਥੋੜ੍ਹਾ ਸਾਫ਼ ਹੋ ਜਾਂਦਾ ਹੈ, ਧੁੱਪ ਖਿੜਨੀ ਸ਼ੁਰੂ ਹੋ ਜਾਂਦੀ ਹੈ, ਸੋ ਜਿੱਦਾਂ 1-2 ਦਿਨ ਤੋਂ ਧੁੱਪ ਨਿਕਲ ਵੀ ਰਹੀ ਹੈ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈਗੀ ਕਿ ਲੋਕਾਂ ਨੂੰ ਜਿੱਦਾਂ ਧੁੱਪ ਥੋੜ੍ਹੀ ਦੇਖਣ ਨੂੰ ਮਿਲੂਗੀ ਦੁਪਹਿਰ ਤੋਂ ਬਾਅਦ ਜਾਂ ਦੁਪਹਿਰ ਵੇਲੇ? ਜੀ, ਜਿਵੇਂ ਅਸੀਂ ਕੱਲ੍ਹ ਵੀ ਦੇਖਿਆ, ਪਰਸੋਂ ਵੀ ਦੇਖਿਆ ਕਿ ਮਿਡ ਡੇ ਦੇ ਡਿਊਰਿੰਗ ਥੋੜ੍ਹੀ ਬਹੁਤੀ ਧੁੱਪ ਆਈ ਹੈ, ਸੋ ਅਸੀਂ ਐਕਸਪੈਕਟ ਕਰਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਕੰਡੀਸ਼ਨਸ ਰਹਿਣਗੀਆਂ, ਬਟ ਡੈਂਸ ਟੂ ਵੈਰੀ ਡੈਂਸ ਫੋਗ ਔਰ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਨੇ ਉਹ ਵੀ ਜਿਹੜੇ ਆਉਣ ਵਾਲੇ 3-4 ਦਿਨ ਉਹ ਬਣੇ ਰਹਿਣ ਦੀ ਹੀ ਸੰਭਾਵਨਾ ਹੈ। ਕਹਿ ਸਕਦੇ ਆ ਵੀ ਠੰਡ ਜਿਹੜੀ ਆ ਹੋਰ ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ ਜਾਂ ਹੋਰ ਸਾਹਮਣਾ ਲੋਕਾਂ ਨੂੰ ਜੀ, ਆਉਣ ਵਾਲੇ 3-4 ਦਿਨ ਤਾਂ ਹਲੇ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ, ਸੋ ਹਲੇ 3-4 ਦਿਨ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਰਹਿਣਗੀਆਂ। ਬਾਰਿਸ਼ ਦੀ ਤਾਂ ਕੋਈ ਸੰਭਾਵਨਾ ਨਹੀਂ? ਨਹੀਂ ਜੀ, ਆਉਣ ਵਾਲੇ ਦਿਨਾਂ ਵਿੱਚ ਹਲੇ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ, ਕੋਲਡ ਵੇਵ ਔਰ ਡੈਂਸ ਫੋਗ ਦੀ ਹੀ ਪ੍ਰੈਡਿਕਸ਼ਨ।